ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ, ਕਲਮ ਸਾਡੀ। ਸਰਕਾਰ ਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਬਹੁਤ ਸਾਰੇ ਕਿਸਾਨ ਪਰਾਲੀ ਸਾੜਨ ਤੋਂ ਬਾਅਦ ਨਹੀਂ ਆਏ। ਨਤੀਜਾ ਇਹ ਨਿਕਲਿਆ ਕਿ ਕਈ ਕਿਸਾਨਾਂ ਦੇ ਖਿਲਾਫ਼ ਸਖ਼ਤੀ ਨਾਲ ਕਾਰਵਾਈ ਹੋਈ, ਪਰ ਕੁਝ ਕਿਸਾਨ ਅਜਿਹੇ ਵੀ ਸਨ ਜਿਨ੍ਹਾਂ ਨੇ ਪਰਾਲੀ ਨਹੀਂ ਸਾੜੀ ਅਤੇ ਉਹਨਾਂ ਨੂੰ ਨਾ ਸਿਰਫ ਆਰਥਿਕ ਲਾਭ ਹੋਇਆ ਬਲਕਿ ਬੀਤੇ ਦਿਨੀ ਪਏ ਮੀਂਹ ਦੇਖ ਕਰਕੇ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਜਲੰਧਰ ਦੇ ਖੇਤੀਬਾੜੀ ਅਧਿਕਾਰੀ ਕੋਲੋਂ ਹੋਇਆ। ਐਕਚੁਲੀ ਇਹ ਹੈ ਕਿ ਜੋ ਹਮਾਰਾ ਧਾਨ ਹੋਤਾ ਹੈ, ਧਾਨ ਕੇ ਬਾਅਦ ਜੋ ਪਰਾਲ ਬਣਦਾ ਹੈ, ਤੋ ਪਰਾਲ ਕੋ ਜ਼ਮੀਨ ਮੇਂ ਮਿਲਾਨੇ ਸੇ ਜ਼ਮੀਨ ਕੀ ਜੋ ਸ਼ਕਤੀ ਹੈ ਵੋ ਬੜਤੀ ਹੈ, ਪਹਿਲੀ ਬਾਤ ਤੋ ਇਹ ਹੈ। ਸਾਥ ਸਾਥ ਹਮਨੇ ਯੇ ਦੇਖਾ ਹੈ ਕਿ ਜਹਾਂ ਪਰ ਵੀ ਪਰਾਲੀ ਕੋ ਜ਼ਮੀਨ ਮੇਂ ਡਾਲ ਕਰ ਗੇਹੂੰ ਕੋਈ ਬਿਜਾਈ ਕੀ ਗਈ, ਉਨ ਖੇਤੋਂ ਮੇਂ ਜੈਸੇ ਪਿਛੇ ਮੌਸਮ ਕਾ ਬੜਾ ਪ੍ਰਭਾਵ ਰਹਾ, ਤੇਜ਼ ਆਂਧੀ ਵੀ ਚਲੀ, ਬਰਸਾਤ ਵੀ ਹੋਈ, ਵਹਾਂ ਪਰ ਜਹਾਂ ਪਰ ਪਰਾਲ ਕੋ ਜ਼ਮੀਨ ਮੇਂ ਦਬਾਇਆ ਗਿਆ ਥਾ, ਵਹਾਂ ਪਰ ਗੇਹੂੰ ਕੀ ਫਸਲ ਪਿਛੀ ਨਹੀਂ ਹੈ, ਗਿਰੀ ਨਹੀਂ ਹੈ। ਤੋ ਯੇ ਬੜਾ ਅੱਛਾ ਸੰਕੇਤ ਹੈ ਉਨ ਕਿਸਾਨੋ ਕੇ ਲੀਏ ਜੋ ਕਿਸਾਨ ਪੈਡੀ ਕੀ ਪਰਾਲ ਕੋ ਜਲਾਤੇ ਹੈ ਔਰ ਬਾਅਦ ਮੇਂ ਗੇਹੂੰ ਕੀ ਬਿਜਾਈ ਕਰਤੇ ਹੈ। ਤੋ ਅਗਰ ਪਰਾਲ ਕੋ ਜ਼ਮੀਨ ਮੇਂ ਦਬਾਇਆ ਜਾਵੇ, ਇੱਕ ਤੋ ਜ਼ਮੀਨ ਕੀ ਸ਼ਕਤੀ ਬੜਤੀ ਹੈ, ਖਾਦ ਕਾ ਇਸਤੇਮਾਲ ਕਮ ਕਰਨੇ ਸੇ ਗੇਹੂੰ ਕੀ ਫਸਲ ਅੱਛੀ ਹੋ ਸਕਤੀ ਹੈ, ਔਰ ਸਾਥ ਸਾਥ ਮੇਂ ਅਗਰ ਮੌਸਮ ਕਾ ਪ੍ਰਭਾਵ ਉਲਟ ਪੜੇ ਤੋ ਵੋ ਗੇਹੂੰ ਕੀ ਫਸਲ ਗਿਰੀ ਵੀ ਨਹੀਂ ਹੈ। ਸੋ ਜੇ ਡਬਲ ਬੈਨੀਫਿਟ ਕਿਸਾਨ ਕੋ ਨਜ਼ਰ ਆ ਰਿਹਾ ਹੈ, ਔਰ ਯਹੀ ਬਾਤ ਹੈ, ਹਮ ਫਾਰਮਰ ਕੇ ਪਾਸ ਵੀ ਜਾ ਰਹੇ ਹੈ, ਫਾਰਮਰ ਕੇ ਸਾਥ ਵਨ ਟੂ ਵਨ ਕੋਂਟੈਕਟ ਵੀ ਕਰ ਰਹੇ ਹੈ, ਉਨਕੋ ਬਤਾ ਰਹੇ ਹੈ ਕਿ ਦੇਖੀਏ ਯੇ ਫਸਲ ਐਸੇ ਬੋਈ ਥੀ, ਯੇ ਫਸਲ ਪਰਾਲੀ ਕੋ ਧਾਨ ਕੀ ਪਰਾਲੀ ਕੋ ਜ਼ਮੀਨ ਮੇਂ ਮਿਲਾਨੇ ਕੇ ਬਾਅਦ ਬੋਈ ਗਈ ਥੀ, ਤੋ ਦੇਖੀਏ ਉਸਕਾ ਕਿਤਨਾ ਫਾਇਦਾ ਹੈ। ਉਹ ਫਸਲ ਵੀ ਅੱਛੀ ਲੱਗਤੀ ਹੈ, ਉਸਕਾ ਜੋ ਏਅਰ ਹੈ, ਉਸਕਾ ਸਿੱਟਾ ਜਿਸਕੋ ਬੋਲਤੇ ਹੈ, ਦਾਣੇ ਹੈ, ਵੋ ਵੀ ਅੱਛੇ ਹੈ, ਔਰ ਫਸਲ ਕੀ ਨੁਹਾਰ ਵੀ ਅੱਛੀ ਹੈ, ਔਰ ਫਸਲ ਗਿਰੀ ਵੀ ਨਹੀਂ ਹੈ। ਜੋ ਤਿੰਨ ਚਾਰ ਬੈਨੀਫਿਟ ਕਿਸਾਨ ਕੋ ਨਜ਼ਰ ਆ ਰਹੇ ਹੈ, ਔਰ ਕਿਸਾਨ ਹਮਾਰੀ ਬਾਤ ਕੋ ਸਮਝ ਰਹੇ ਹੈ ਵੀ ਅਗਰ ਪਰਾਲ ਕੋ ਜ਼ਮੀਨ ਮੇਂ ਦਬਾਇਆ ਜਾਏ ਤੋ ਜ਼ਮੀਨ ਕੀ ਸ਼ਕਤੀ ਵੀ ਬੜਤੀ ਹੈ, ਜ਼ਮੀਨ ਕੀ ਪਾਣੀ ਸੰਭਾਲਨੇ ਕੀ ਸ਼ਕਤੀ ਬੜਤੀ ਹੈ, ਔਰ ਸਾਥ ਮੇਂ ਸਾਥ ਅਗਰ ਮੌਸਮ ਅਨੁਕੂਲ ਨਹੀਂ ਹੈ ਤੋ ਉਸਕਾ ਵੀ ਫਾਇਦਾ ਕਿਸਾਨ ਕੋ ਮਿਲਤਾ ਹੈ। ਖਿਲਾਫ਼ ਕੀ ਬਾਤ ਕਰੇ ਤੋ ਅਗਰ ਹਮ ਪਰਾਲ ਕੀ ਬਾਤ ਕਰੇ ਤੋ ਇੱਕ ਟਨ ਪਰਾਲੀ ਮੇਂ 5.5 ਕਿਲੋ ਨਾਈਟ੍ਰੋਜਨ ਹੋਤਾ ਹੈ, ਇਸੇ ਤਰ੍ਹਾਂ 2.5-3 ਕਿਲੋ ਕਰੀਬ ਫਾਸਫੋਰਸ ਹੋਤਾ ਹੈ, ਔਰ 25 ਕਿਲੋ ਪੋਟਾਸ਼ ਹੋਤੀ ਹੈ। ਯੇ ਤੋ ਹੈ ਮੁੱਖ ਤੱਤ, ਬਾਕੀ ਔਰ ਵੀ ਤੱਤ ਕਾਫੀ ਹੋਤੇ ਹੈ ਜਿਸਕੋ ਹਮ ਨਿਊਟ੍ਰੀਐਂਟ ਬੋਲਤੇ ਹੈ। ਤੋ ਵੋ ਕਹੀਂ ਨਾ ਕਹੀਂ ਅਗਲੀ ਫਸਲ ਕੇ ਲੀਏ ਔਰ ਜ਼ਮੀਨ ਕੇ ਲੀਏ ਫਾਇਦੇਮੰਦ ਸਾਬਤ ਹੋਤੇ ਹੈ। ਜ਼ਮੀਨ ਕੀ ਪਕੜ ਮਜ਼ਬੂਤ ਹੋਤੀ ਹੈ, ਜੋ ਜੜੇ ਹੈ ਪੌਦੇ ਕੀ ਵੋ ਜ਼ਿਆਦਾ ਡੀਪ ਜਾਤੀ ਹੈ, ਜੋ ਪੌਦੇ ਕੋ ਗਿਰਨੇ ਸੇ ਬਚਾਤੀ ਹੈ। ਤੋ ਕੁੱਲ ਮਿਲਾ ਕਰ ਜਬ ਹਮ ਪਰਾਲ ਕੋ ਜ਼ਮੀਨ ਮੇਂ ਇਨਸਟੀਟਿਊ ਮੈਨੇਜਮੈਂਟ ਕਰਕੇ ਜਬ ਹਮ ਅਗਲੀ ਫਸਲ ਕੋਈ ਵੀ ਫਸਲ ਬੋਤੇ ਹੈ, ਚਾਹੇ ਆਲੂ ਬੋਤੇ ਹੈ, ਚਾਹੇ ਗੇਹੂੰ ਬੋਤੇ ਹੈ, ਤੋ ਵੋ ਅਗਲੀ ਫਸਲ ਕੇ ਲੀਏ ਫਾਇਦੇਮੰਦ ਸਾਬਤ ਹੋਤਾ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਪਰਾਲੀ ਨੂੰ ਨਾ ਸਾੜਨ ਦੀ ਬਜਾਏ ਜ਼ਮੀਨ ਵਿੱਚ ਇਸਤੇਮਾਲ ਕਰਨ ਵਾਲੇ ਕਿਸਾਨਾਂ ਨੂੰ ਦੋਹਰਾ ਲਾਭ ਪ੍ਰਾਪਤ ਹੋਇਆ। ਪਿੰਡ ਚਮਿਆਰਾ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ, ਉਹਨਾਂ ਨੇ ਸੁਪਰ ਸਪੀਡ ਮਸ਼ੀਨ ਦਾ ਇਸਤੇਮਾਲ ਕਰਕੇ 150 ਏਕੜ ਜ਼ਮੀਨ ਉੱਤੇ ਫਸਲ ਬੀਜੀ ਸੀ। ਬੀਤੇ ਦਿਨਾਂ ਤੇਜ਼ ਹਵਾ ਅਤੇ ਬਰਸਾਤ ਦਾ ਫਸਲ ਉੱਤੇ ਕੋਈ ਅਸਰ ਨਹੀਂ ਹੋਇਆ। ਗੁਰਮੀਤ ਸਿੰਘ ਉੱਪਰ, ਸਰਪੰਚ ਚਮਿਆਰਾ। ਕੋਈ ਇਹਦਾ ਬਹੁਤ ਤਕੜਾ ਫਾਇਦਾ ਹੈ ਕਿਸਾਨਾਂ ਵਾਸਤੇ, ਇੱਕ ਤਾਂ ਡੀਜ਼ਲ ਦਾ ਬੜਾ ਬਚਾ, ਦੂਸਰਾ ਬਹਾਈ ਨਹੀਂ ਹੋਣੀ, ਬਹਾਈ ਕਰਨੀ ਨਹੀਂ, ਇਹ ਟਰੈਕਟਰ ਸਿੱਧੇ ਬਾੜੋ, ਸਿੱਧੀ ਬਿਜਾਈ ਬੜੀ ਸਿੱਧੀ ਕਰ ਰਿਹਾ, ਵਧੀਆ ਕਰ ਰਹੀ ਬਿਜਾਈ। ਅਤੇ ਇਹਦੇ ਨਾਲ ਕਣਕ ਦੀ ਜਿਹੜੀ ਬਿਜਾਈ ਕੀਤੀ ਉਹਦੇ ਖਾਦ ਵੀ ਘੱਟ ਪਾਉਣੀ ਪੈਂਦੀ ਹੈ, ਬੀਜ ਵੀ ਘੱਟ ਪਾਉਣਾ ਪਊਗਾ, ਅਤੇ ਕਣਕ ਡਿੱਗਦੀ ਨਹੀਂ। ਵੱਡੀ ਗੱਲ ਤਾਂ ਇਹ ਹੈ ਜੀ, ਕਣਕ ਡਿੱਗਦੀ ਨਹੀਂ। ਇਹਦੇ ਫਾਇਦੇ ਇਹ ਹੈ ਵੀ ਝਾੜ ਜਿਹੜਾ ਇਹਦਾ, ਮੈਨੂੰ ਮੈਂ ਇਹਦਾ ਵੀ ਹੈ ਪਹਿਲੀ ਵਾਰੀ ਇਸ ਤੋਂ ਵੈਸੇ ਬੀਜੀ ਹੈ, ਜਿੱਦਾਂ ਇਹ ਡਿੱਗੀ ਨਹੀਂ ਇਹ ਕਣਕ ਹੁੱਲੂਗੀ ਨਹੀਂ, ਕਣਕ ਵਧੀਆ ਝਾੜੂਗਾ,
ਦੋ ਤੋਂ ਢਾਈ ਕੁਇੰਟਲ ਦੇ ਫਰਕ ਪਾ ਦੂਗਾ ਏਕੜ ਦੇ। ਮੈਂ ਤਾਂ ਇਹੀ ਕਹਾਂਗਾ ਕਿਸਾਨਾਂ ਨੂੰ ਵੀ ਇਹਨੂੰ ਹੈਪੀ ਸੀਡਰ ਨਾਲ ਬੀਜੋ, ਇਹਦੀ ਬਹੁਤ ਵਧੀਆ ਬਿਜਾਈ ਕਰਦਾ। ਇੱਕ ਸੁਪਰ ਸੀਡਰ ਜਿਹੜਾ ਹੈਗਾ ਇਹ ਵਧੀਆ ਚੀਜ਼ ਹੈ, ਇਹ ਝੋਨੇ ਦੀਆਂ ਪਰਾਲੀਆਂ ਦਾ ਹੱਲ ਇਹਦੇ ਨਾਲ ਹੀ ਹੁੰਦਾ ਜੀ, ਕੋਈ ਅੱਗ ਲਾਉਣ ਦੀ ਲੋੜ ਨਹੀਂ, ਕੋਈ ਪ੍ਰਦੂਸ਼ਣ ਨਹੀਂ ਹੋਊਗਾ ਅਤੇ ਕਣਕ ਵੀ ਵਧੀਆ ਹੋ ਰਹੀ ਹੈ, ਖਾਦ ਦੀ ਵੀ ਘੱਟ ਲੋੜ ਪੈਂਦੀ ਹੈ, ਸਾਰੀ ਵਧੀਆ ਚੀਜ਼ ਚੱਲੂਗਾ। ਕੰਬਾਈਨ ਨੂੰ SMS ਜ਼ਰੂਰ ਲੱਗਾ ਹੋਣਾ ਚਾਹੀਦਾ, ਉਹ ਲੱਗਾ ਹੋਵੇ ਤਾਂ ਉਹਦੇ ਨਾਲ ਪਰਾਲੀ ਜਿਹੜੀ ਆ ਉਹ ਬੈਕ ਕਰ ਦਿੰਦਾ, ਇਕੱਠੀ ਨਹੀਂ ਹੁੰਦੀ ਜਿੱਦਾਂ ਉਹ ਦੂਸਰੇ SMS ਤੋਂ ਬਗੈਰ ਪਰਾਲੀ ਜਿਹੜੀ ਆ ਉਹ ਮਗਰ ਪਰਾਲੀ ਇਕੱਠੀ ਕਰ ਦਿੰਦਾ, ਉਹ ਬੀਜ ਤਾਂ ਉਹਨਾਂ ਵੀ ਦਿੰਦੀ ਹੈ ਇਹ, ਪਰ ਉਹ ਪਰਾਲੀ ਵਿੱਚ ਰਹਿ ਜਾਂਦੀ ਆ ਥੋੜ੍ਹੀ ਜਿਹੀ। ਇੱਦਾਂ ਜਿਹੜਾ SMS ਲੱਗਾ ਹੋਵੇ ਤਾਂ ਪਰਾਲੀ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੰਨੀ ਵਾਰੀ ਖੱਤਾ ਵਾਹਿਆ ਆ, ਇਹ ਹੋ ਜਾਂਦਾ। ਇੱਕੋ ਵਾਰੀ ਬੀਜਣ ਨਾਲ ਹੀ ਖੱਤਾ ਵਾਹਿਆ ਹੋ ਜਾਂਦਾ, ਕਿਸਾਨ ਵਿਹਲੇ ਦਾ ਵਿਹਲਾ, ਬਾਕੀ ਉਹਦੀ ਆਪਣੀ ਮਸ਼ੀਨ ਦੀ ਯੂਜ਼ ਨਹੀਂ ਕਰਨ ਦੀ ਲੋੜ ਉਹਨੂੰ। ਪਿੰਡ ਦੇ ਇੱਕ ਹੋਰ ਕਿਸਾਨ ਹਰਜਿੰਦਰ ਸਿੰਘ ਦੇ ਅਨੁਸਾਰ ਮਸ਼ੀਨਾਂ ਦੀ ਮਦਦ ਤੋਂ ਪਰਾਲੀ ਨੂੰ ਜ਼ਮੀਨ ਵਿੱਚ ਹੀ ਪ੍ਰਯੋਗ ਕਰਨ ਨਾਲ ਦੁੱਗਣਾ ਫਾਇਦਾ ਹੋਇਆ ਹੈ। ਮੇਰਾ ਨਾਮ ਹਰਜਿੰਦਰ ਸਿੰਘ। ਬਿਲਕੁਲ ਜੀ, ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਫਾਇਦੇ ਆ। ਕੋਈ ਤੁਹਾਨੂੰ ਅੱਗ ਲਾਉਣ ਦੀ ਲੋੜ ਨਹੀਂ, ਕੋਈ ਡੱਕੇ ਨੂੰ, ਕੋਈ ਕਿਸੇ ਕਿਸਮ ਦੀ ਥੋੜ੍ਹੀ ਵਾਲੀ ਪਰਾਲੀ ਨੂੰ ਵੀ ਅੱਗ ਲਾਉਣ ਦੀ ਲੋੜ ਨਹੀਂ। SMS ਲੱਗਾ ਹੋਵੇ ਕੰਬਾਈਨ ਦੇ ਮਗਰ, ਔਰ ਇਹਦੀ ਬਿਜਾਈ ਇੰਨੀ ਵਧੀਆ ਆ ਅਤੇ ਜੰਮ ਇੰਨਾ ਵਧੀਆ ਕਣਕ ਦਾ, ਕੋਈ ਕੀੜੀ ਸੁੰਡੀ ਕੋਈ ਕੁਛ ਨਹੀਂ ਲੱਗਾ, ਕਿਉਂਕਿ ਪ੍ਰੋਪਰ ਖੇਤ ਪੱਧਰਾ ਹੋ ਗਿਆ। ਹਾਂਜੀ, ਪਹਿਲਾਂ 0 ਡਰਿੱਲਾਂ ਆਈਆਂ ਸੀਗੀਆਂ, ਉਹ ਪਰਾਲੀ ਖੜੀ ਰਹਿੰਦੀ ਸੀ ਅਤੇ ਉਹ ਕਣਕ ਵਧੀਆ ਨਹੀਂ ਸੀ ਲੱਗਦਾ ਖੇਤ। ਇਹਦੇ ਨਾਲ ਖੇਤ ਵੀ ਬਹੁਤ ਵਧੀਆ ਲੱਗਦੇ ਆ ਔਰ ਸੁਥਰੇ ਲੱਗਦੇ ਆ, ਇਹਨੂੰ ਲੱਗਦਾ ਵੀ ਖੇਤੀ ਕੀਤੀ ਹੋਈ ਆ, ਔਰ ਬਹੁਤ ਵਧੀਆ ਅਸੀਂ ਦੇਖਿਆ ਵੀ ਜਿੱਦਾਂ ਹਵਾ ਚੱਲਦੀ ਆ, ਆਮ ਕਣਕਾਂ ਜਿਹੜੀਆਂ ਛੱਟੇ ਦੀਆਂ ਜਾਂ ਉੱਦਾਂ ਬੀਜੀਆਂ ਹੋਈਆਂ ਆ ਉਹ ਡਿੱਗ ਪਈਆਂ ਆ, ਕਾਫੀ ਟੇਢੀਆਂ ਪੇਢੀਆਂ ਹੋ ਗਈਆਂ। ਜਿੱਥੇ ਜਿੱਥੇ ਵੀ ਇਹ ਲੱਗਾ ਚੱਲਿਆ ਹੈ ਸੀਡਰ ਅਤੇ ਬਹੁਤ ਹੀ ਵਧੀਆ ਕਣਕਾਂ ਖੜੀਆਂ ਆ ਅਤੇ ਬਿਲਕੁਲ ਕਣਕ ਨਹੀਂ ਡਿੱਗੀ। ਉਮੀਦ ਕਰਦੇ ਹਾਂ ਵੀ ਬਹੁਤ ਵਧੀਆ ਝਾੜ ਰਹੂਗਾ। ਪਰ ਕਿੱਲੇ ਦੀ ਫਾਇਦਾ ਕਰੀਏ ਤਾਂ 2000 ਰੁਪਈਆ ਕਿੱਲੇ ਮਗਰ ਤਕਰੀਬਨ ਬਚੂਗਾ ਜੇ ਆਪਾਂ ਕਿਰਾਏ 'ਤੇ ਵੀ ਲੈ ਕੇ ਵੇਚਦੇ ਹਾਂ, ਤਾਂ ਜ਼ਿਮੀਦਾਰ ਨੂੰ ਆਪ ਨੂੰ ਜੇ ਆਪ ਕਰਦੇ ਤਾਂ ਫਿਰ ਆਪਣਾ ਖਰਚਾ ਹੀ 1000 ਰੁਪਏ ਦਾ ਆ, ਜੇ ਆਪਣੀ ਸ਼ੀਡਰ ਹੈਗੀ ਤਾਂ ਫਿਰ ਆਪਣਾ ਜੋ ਡੀਜ਼ਲ ਦਾ ਖਰਚਾ ਇੱਕ ਵਾਰੀ ਟਰੈਕਟਰ ਲੈ ਕੇ ਨਿਕਲ ਗਿਆ ਬਸ ਉਹਦੇ ਨਾਲ ਸਾਡਾ ਕੰਪਲੀਟ ਹੋ ਜਾਂਦਾ। ਕਾਫੀ ਵਧੀਆ ਚੀਜ਼ ਆ ਜੀ, ਅਸੀਂ ਦੇਖਿਆ ਆ ਕਿ ਬਾਕੀ ਸਾਨੂੰ 1-2 ਮਹੀਨੇ ਦੇ ਵਿੱਚ ਅਪ੍ਰੈਲ ਦੇ ਵਿੱਚ ਝਾੜ ਦਾ ਵੀ ਤੁਹਾਨੂੰ ਦੱਸ ਦੇਵਾਂਗੇ ਵੀ ਕੀ ਸਾਨੂੰ ਵਾਧਾ ਮਿਲਿਆ ਕੀ ਨਹੀਂ, ਅਤੇ ਬਹੁਤ ਹੀ ਵਧੀਆ ਰਿਹਾ ਆ ਹੁਣ ਤੱਕ, ਨਾ ਸਾਨੂੰ ਇਹਨੇ ਜ਼ਿਆਦਾ ਪਾਣੀ ਦੀ ਲੋੜ ਪਈ, ਨਾ ਸਾਨੂੰ ਰੌਣੀ ਕਰਨ ਦੀ ਲੋੜ ਪਈ, ਸੁੱਕੇ 'ਚ ਵੀ ਬੀਜ ਦਿੰਦੇ ਹਾਂ ਤਾਂ ਬਹੁਤ ਵਧੀਆ ਰਿਜ਼ਲਟ ਆ, ਕੋਈ ਮਤਲਬ ਵੱਡੀ ਮਿਹਨਤ ਕਰਨ ਦੀ ਲੋੜ ਨਹੀਂ, ਕੋਈ ਵੱਡਾ ਖਰਚਾ ਨਹੀਂ। ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨ ਹੁਣ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੇ ਨੇ। ਆਸ਼ੂ ਗਾਂਧੀ ਦੇ ਨਾਲ ਪਲਵੀ ਟਾਵਰ, ਵਾਇਸ ਆਫ ਪੰਜਾਬ, ਜਲੰਧਰ।